ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਹੁਸ਼ਿਆਰਪੁਰ ਡਿਵੀਜ਼ਨ ਦੇ ਵਰਕਰਾਂ ਵੱਲੋਂ ਡਿਵੀਜ਼ਨ ਸਕੱਤਰ ਸੋਹਣ ਸਿੰਘ ਸੈਣੀ ਦੀ ਅਗਵਾਈ 'ਚ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਡਾਕ ਯੂਨੀਅਨ ਦੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਵੀਜ਼ਨ ਸਕੱਤਰ ਸੋਹਣ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 270,000 ਗ੍ਰਾਮੀਣ ਡਾਕ ਸੇਵਕਾਂ ਨੂੰ 7ਵੇਂ ਪੇ ਕਮਿਸ਼ਨ 'ਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਦੇਸ਼ ਦੀ 70% ਪੇਂਡੂ ਆਬਾਦੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਦੇ ਵਿਰੋਧ 'ਚ ਹੈੱਡ ਪੋਸਟ ਆਫਿਸ ਹੁਸ਼ਿਆਰਪੁਰ ਵਿਖੇ ਭੁੱਖ ਹੜਤਾਲ ਰੱਖੀ ਗਈ ਹੈ। ਇਸ ਦੌਰਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗ੍ਰਾਮੀਣ ਡਾਕ ਸੇਵਕਾਂ ਲਈ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਯੂਨੀਅਨ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਾਮੀਣ ਡਾਕ ਸੇਵਕਾਂ ਨੂੰ 7ਵੇਂ ਪੇ ਕਮਿਸ਼ਨ 'ਚ ਸ਼ਾਮਿਲ ਕੀਤਾ ਜਾਵੇ। ਉਹਨਾਂ ਦਾ ਇਹ ਵਿਰੋਧ ਸੀ ਕਿ ਜਿਹੜੀ ਕੇਂਦਰ ਸਰਕਾਰ ਆ ਉਹਨੇ ਸਾਨੂੰ 7ਵੇਂ ਪੇ ਕਮਿਸ਼ਨ ਵਿੱਚ ਸ਼ਾਮਿਲ ਨਹੀਂ ਕੀਤਾ। ਸੋ ਇਸ ਵਿਰੋਧ ਵਿੱਚ ਜਿਹੜਾ ਹੈਗਾ ਆ ਇਹ ਅੱਜ ਦਾ ਸਾਡਾ ਭੁੱਖ ਹੜਤਾਲ ਜਿਹੜੀ ਹੈਗੀ ਹੈ। ਸਾਡੀਆਂ ਮੰਗਾਂ ਇਹੀ ਹੈਗੀਆਂ ਕਿ ਸਾਨੂੰ ਜਿਹੜਾ 150 ਸਾਲ ਲਗਭਗ ਹੋ ਗਿਆ ਕਿ ਸਾਨੂੰ 3 ਤੋਂ 5 ਘੰਟੇ ਦੇ ਮੁਲਾਜ਼ਮ ਰੱਖਿਆ, ਲੇਕਿਨ ਸਭ ਤੋਂ ਜਿਹੜਾ ਕੰਮ ਆ ਉਹ ਹਮੇਸ਼ਾ ਜਿਹੜਾ 8-9 ਘੰਟੇ ਜਿਹੜਾ ਉਹ ਲਿਆ ਜਾਂਦਾ ਹੈਗਾ, ਲੇਕਿਨ ਅੱਜ ਤੱਕ ਸਾਨੂੰ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ 5 ਘੰਟੇ ਤੋਂ ਉੱਪਰ ਜਿਹੜਾ ਸਾਨੂੰ ਇਹ ਟਾਈਮ ਦੇਣ। ਲੇਕਿਨ ਫਿਰ ਵੀ ਜਿਹੜਾ ਸਾਡਾ ਗ੍ਰਾਮੀਣ ਡਾਕ ਸੇਵਕ ਜਿਹੜੇ ਹੈਗੇ ਆ ਪੇਂਡੂ ਇਸ ਦੇਸ਼ ਦੀ ਜਿਹੜੀ ਆ ਪੇਂਡੂ ਆਬਾਦੀ ਲਗਭਗ 70% ਹੈਗੀ ਆ ਉਸ ਨੂੰ ਇਹ ਕਵਰ ਕਰਦੇ ਆ, ਲੇਕਿਨ ਇਹ ਡਾਕ ਵਿਭਾਗ ਜਿਹੜਾ ਹੈਗਾ ਆ ਜਾਂ ਕੇਂਦਰ ਸਰਕਾਰ ਹੈਗੀ ਆ ਇਹ ਸਾਨੂੰ ਇਸ ਗੱਲ ਦੀ ਮਾਨਤਾ ਨਹੀਂ ਦਿੰਦੀ ਕਿ ਇਹ ਜਿਹੜਾ ਹੈਗਾ ਆ ਕਿ ਅਸੀਂ ਇਹਨਾਂ ਨੂੰ ਪਰਮਾਨੈਂਟ ਕਰ ਸਕੀਏ। ਸੋ ਇਹ ਸਾਡੀ ਹਮੇਸ਼ਾ ਮੰਗ ਰਹਿੰਦੀ ਹੈਗੀ ਆ ਕਿ ਜੇ ਸਾਡੀ ਆਜ਼ਾਦੀ ਦੇ ਟਾਈਮ ਵੀ ਸਾਨੂੰ ਜਿਹੜਾ ਇਹ ਨਹੀਂ ਮਿਲਣਾ ਹੈਗਾ ਪੱਕੇ ਹੋਣ ਦਾ ਚਾਂਸ ਤਾਂ ਫਿਰ ਕੌਣ ਸਮਝਦਾ ਹੈਗਾ। ਹੁਸ਼ਿਆਰਪੁਰ ਤੋਂ ਮੁਕੇਸ਼ ਬੰਗੜ ਦੀ ਰਿਪੋਰਟ, 5 ਆਪ ਟੂਡੇ।